ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ ਲੱਗਿਆ ਜੀ ਗੰਨੇ ਦੇ ਸਪਰੇਅ ਕਰਨ ਆਹੀ ਆਪਣਾ ਪੰਪ ਆ ਚਾਰਲੀ ਵਾਲਿਆਂ ਦਾ ਜੀ ਇਹ ਦੇਖੋ ਆਪਣੇ ਆਪ ਟੈਂਕ ਭਰ ਜਾਂਦਾ ਜੀ ਇਹਦੇ ਨਾਲ ਟੈਂਕੀ ਭਰ ਜਾਂਦੀ ਆ ਪੈਪ ਲੱਗਿਆ ਹੋਇਆ ਜਾਣੀ ਗੁਣ ਵਧੀਆ ਨੇ ਆਪਾਂ ਇਹਦੀ ਇਹਦੀ ਜੋ ਚੀਜ਼ ਵਧੀਆ ਜੀ ਜਾਣੀ ਇਹ ਚਾਰਲੀ ਵਾਲਿਆਂ ਦਾ ਜੀ ਲੁਧਿਆਣੇ ਤੋਂ ਤੇ ਕੋਈ ਪੈਪ ਵਿੱਚ ਸਿੱਟਿਆ ਹੋਇਆ ਆਲੂ ਰਹੀ ਇਹਨੇ ਆਪ ਦੇ ਆਪ ਉੱਥੋਂ ਭਰ ਲੈਣੀ ਪੰਪ ਨੇ ਬਾਕੀ ਇੱਕ ਹੋਰ ਬੜੀ ਸਿਫਤ ਆ ਜੀ ਕਿ ਜਿਵੇਂ ਆਪਾਂ ਉੱਧਰੋਂ ਸਪਰੇਅ ਕਰਦੇ ਹਾਂ ਮੂਹਰੋਂ ਗੰਨ ਆਪਾਂ ਬੰਦ ਕਰ ਲੈਂਦੇ ਹਾਂ ਜੀ ਪੈਪ ਪਾੜ ਜਾਂਦਾ ਇਹਦੇ ਪੈਪ ਨਹੀਂ ਪਾੜਦਾ ਹੈਗਾ ਜੀ ਇਹਦੇ ਇਹਦੇ ਵਿੱਚ ਆ ਵਾਪਸੀ ਵਾਲਾ ਦਿੱਤਾ ਹੋਇਆ ਜੀ ਆਪਣੇ ਆ ਨਾਲੀ ਨਹੀਂ ਪਾਟੂ ਮਗਰਲੀ ਸਪਰੇਅ ਵਾਲੀ ਕਿਉਂਕਿ ਵਾਪਸੀ ਇਹਦੇ ਵਿੱਚ ਪੈਣ ਲੱਗ ਜੂਗਾ ਜੀ ਬਾਕੀ ਇਹਦੇ ਦਵਾਈ ਘੋੜਨੇ ਵਾਲਾ ਲੱਗਾ ਹੋਇਆ ਜੀ ਆਹ ਦੇਖੋ ਹਾਂ ਪੈਪ ਆ ਉੱਥੋਂ ਨਾਲ ਦੀ ਨਾਲ ਇਹਨੇ ਦਵਾਈ ਆਪਾਂ ਖੋਲਦਾ ਨਾਲ ਦੀ ਨਾਲ ਇਹਨੇ ਦਵਾਈ ਘੋਲੀ ਜਾਣੀ ਹੈ ਜੀ ਬਾਕੀ ਜਦੋਂ ਆਪਾਂ ਪੈਪ ਇਕੱਠਾ ਕਰਨਾ ਇਹਦੇ ਇਕੱਠਾ ਕਰਨਾ ਪੈਡਲ ਲੱਗਿਆ ਹੋਇਆ ਜੀ ਇਹਨੂੰ ਪੈਡਲ ਨੂੰ ਪੈਰ ਨਾਲ ਐਂ ਦੱਬ ਪੈਪ ਸਾਰਾ ਜਿੰਨਾ ਮਰਜ਼ੀ ਆਟੋਮੈਟਿਕ ਆਪੇ ਇਕੱਠਾ ਹੋ ਹੀ ਜਾਂਦਾ ਜੀ ਸਾਰਾ ਹੀ ਆ ਉੱਪਰ ਇਹਦੇ ਆਹ ਲਾਇਆ ਹੋਇਆ ਜੀ ਇਹਨੇ ਆਪਦੇ ਆਪ ਇੱਧਰ ਉੱਧਰ ਆ ਦੇਖੋ ਜਾਈ ਜਾਣਾ ਨਾਲ ਹੀ ਉਹਦੇ ਉੱਤੇ ਆਪੇ ਇਕੱਠੀ ਹੋ ਹੀ ਜਾਣੀ ਹੈ ਬਾਪਾਂ ਨੇ ਆਹ ਪੈਰ ਨਾਲ ਆਹ ਦੱਬਣਾ ਜੀ ਉੱਤੋਂ ਬੈਲਟ ਪਾਈ ਹੋਈ ਆ ਜੀ ਉੱਪਰ ਮਗਰ ਉਹ ਬੂਮ ਵਾਲਾ ਸਿਸਟਮ ਲਾ ਕੇ ਜੇ ਆਪਾਂ ਨੇ ਬੂਮ ਲਾਉਣਾ ਉਹ ਵੀ ਇਹਨੇ ਦਿੱਤਾ ਹੋਇਆ ਇਹ ਜਾਣੀ ਇਹ 'ਚ ਕਈ ਵਧੀਆ ਚੀਜ਼ਾਂ ਨੇ ਆਹ ਇਹਦਾ ਦੇਖੋ ਉੱਪਰ ਆਈ ਬਾਕੀ ਐਡਰੈਸ ਨਾਲੀ ਵਾਲੇ ਲੁਧਿਆਣ ਆ ਇਹ ਕਾਫੀ ਜਾਣੀ ਵਧੀਆ ਜੀ ਇਹਨੇ ਆਮ ਦੇਖਿਆ ਪੰਪ ਵਾਲੇ ਕਹਿੰਦੇ ਕਿ ਆਪਾਂ ਗੰਨ ਦਾ ਮੂਹਰੋਂ ਕਰਦਿਆਂ ਨੇ ਬੰਦ ਕਰਤਾ ਵੀ ਪਾੜ ਜਾਂਦਾ ਜੀ ਪੈਪ ਇਹ ਜਾਣੀ ਪੈਪ ਨਹੀਂ ਇਹ ਪਾੜ ਇੱਥੋਂ ਵਾਪਸ ਇਹਦੇ ਆਉਣ ਲੱਗੇ ਦੁਬਾਰਾ ਕਰਨ ਲੱਗ ਜਾਂਦਾ ਬਾਕੀ ਦਵਾਈ ਘੋੜਨ ਦਾ ਬੜਾ ਵਧੀਆ ਜੀ ਜੇ ਪੰਪ ਖਾਲੀ ਹੁੰਦਾ ਦਵਾਈ ਘੋੜਨੇ ਵਾਲਾ ਲਾ ਦਿਓ ਆਟੋਮੈਟਿਕ ਦਵਾਈ ਇਹਨੇ ਘੋਲੀ ਜਾਣੀ ਜੇ ਆਪਣਾ ਪੰਪ ਨਹੀਂ ਖਾਲੀ ਹੁੰਦਾ ਹੈਗਾ ਜੀ ਬਾਕੀ ਨਾ ਗਾਹਕ ਜਿਹਨਾਂ ਦਾ ਆਹ ਲਾਇਆ ਹੋਇਆ ਜੀ ਇਹਨੇ ਫਿਲਟਰ ਵੀ ਅੱਗੇ ਨਾਲੀ ਤੱਕ ਨਹੀਂ ਗੰਨ ਤੱਕ ਨਹੀਂ ਕਚਰਾ ਜਾਂਦਾ ਆਪਣਾ ਬਾਕੀ ਆਪਾਂ ਤੁਹਾਨੂੰ ਦਿਖਾਉਣੀ ਗੰਨਾ ਜਿਹੜਾ ਆਪਾਂ ਨੇ ਵੀਡੀਓ ਪਾਈ ਸੀਗੀ ਜਦ ਆਪਾਂ ਗੰਨਾ ਉਹ ਕਣਕ ਦੇ ਥੱਲੇ ਬੀਜਿਆ ਹੋਇਆ ਸੀਗੀ ਗੰਨਾ ਹੁਣ ਦਿਖਾਉਂਦੇ ਹਾਂ ਜੀ ਗੰਨਾ ਇਹ ਵੀ ਆਪਾਂ ਵੀਡੀਓ ਪਾ ਆਹ ਦੇਖੋ ਆਪਾਂ ਜਾਂ ਵੀਡੀਓ ਪਾਈ ਸੀ ਵੀ ਕਣਕ ਦੇ ਥੱਲੇ ਗੰਨਾ ਬੀਜਿਆ ਸੀਗੀ ਕਣਕ ਆਪਾਂ ਵੱਢ ਲਈ ਅਤੇ ਰੀਪਰ ਨਾਲੇ ਤੂੜੀ ਕਰ ਲਈ ਆਹ ਗੰਨਾ ਨਿਕਲ ਆਇਆ ਜੀ ਹੁਣ ਆਹ ਦੇਖੋ ਨਿਕਲੇ ਹੁਣ ਇਹਨੂੰ ਸਪਰੇ ਮਾਰਦੇ ਹਾਂ ਜੀ ਇਹ ਆਪਾਂ ਨੇ ਬੀਜਿਆ ਚਾਰ ਚਾਰ ਫੁੱਟ 'ਤੇ ਹੁਣ ਕੱਖਾਂ ਵਾਲੀ ਮਾਰ ਦਾਂਗੇ ਵਿੱਚੇ ਬਾਕੀ ਇਹ 'ਚ ਰੂਟਾਵੀਟਰ ਫੇਰ ਦਾਂਗੇ ਛੋਟਾ ਉਹ ਵੀ ਤੁਹਾਨੂੰ ਦਿਖਾਵਾਂਗੇ ਜੀ ਵੀਡੀਓ ਗੰਨਾ ਨਿਕਲਿਆ ਬੜਾ ਵਧੀਆ ਹੋਇਆ ਜੀ ਆਹ ਦੇਖੋ ਦੋ ਦੋ ਸਿਆੜ ਇਕੱਠੇ ਨੇ ਜੀ ਚਾਰ ਚਾਰ ਇੰਚ ਅਤੇ ਦੋ ਸਿਆੜ ਬਾਕੀ ਗੱਭੇ ਚਾਰ ਫੁੱਟ ਜਗ੍ਹਾ ਅਤੇ ਉੱਦਾਂ ਹੀ ਆਪਾਂ ਮਸ਼ੀਨ ਨਾਲ ਕਣਕ ਵੱਢ ਲਈ ਅਤੇ ਰੀਪਰ ਨਾਲੇ ਤੂੜੀ ਵਾਲੀ ਮਸ਼ੀਨ ਨਾਲੇ ਤੂੜੀ ਬਣਾ ਲਈ ਪਾਣੀ ਲਾਇਆ ਦੇਖੋ ਨਿਕਲਿਆ ਹੁਣ ਇਹਨੂੰ ਆਪਾਂ ਨੇ ਗੋਹ ਵਾਲੀ ਸੁੰਡੀ ਦੀ ਸਪਰੇਅ ਮਾਰਦੇ ਇਹਨੂੰ ਗੋਹ ਵਾਲੀ ਪੈ ਜਾਂਦੀ ਹੈ ਸੁੰਡੀ ਇੱਕ ਪਹਿਲਾਂ ਮਾਰਦੀ ਸਪਰੇਅ ਇੱਕ ਹੁਣ ਮਾਰਦੇ ਜੀ ਇਹਨੂੰ ਇਹ 'ਚ ਹੁਣ ਫੇਰ ਦਾਂਗੇ ਰੂਟਾਵੀਟਰ ਹੁਣ ਵੱਤ ਆਇਆ ਹੋਇਆ ਜੀ ਜਾਣੀ ਘੱਟ ਸੀਗਾ ਐਤਕੀ ਬਹੁਤ ਵਧੀਆ ਜੰਮ ਹੋਇਆ ਹੋਇਆ ਜੀ ਪਾਣੀ ਪੈਂਦੇ ਪੂਰਾ ਸਹੀ ਆਏ ਰਿਹਾ ਐਨ ਪੂਰੇ ਜੰਮ ਬਹੁਤ ਵਧੀਆ ਸਿਆੜ ਆ ਐਨ ਪੂਰੇ ਸਿਆੜ ਜੰਮੇ ਹੋਏ ਨੇ ਪੂਰੇ ਚਲੋ ਬਾਕੀ ਹੁਣ ਸਪਰੇਅ ਕਰਦੇ ਹਾਂ ਜੀ ਇਹਨੂੰ ਫਿਰ ਰੂਟਾਵੀਟਰ ਹੀ ਪਾਵਾਂਗੇ ਜੀ ਇਹ ਕਣਕ ਵਾਲੀ ਵੀ ਆਪਾਂ ਨੇ ਪਾਈ ਹੋਈ ਜਦੋਂ ਕਣਕ ਦੇ ਥੱਲੇ ਵੀ ਜਿਹੀ ਕਣਕ ਉੱਪਰ ਬੀਜੀ ਸੀਗੀ ਇਹ ਵੀ ਆਪਾਂ ਵੀਡੀਓ ਪਾਈ ਹੋਈ ਆ ਜੀ ਪਿੱਛੇ ਆਪਣੇ ਇਹਦੇ ਉੱਤੇ ਚੈਨਲ 'ਤੇ ਜੀ ਆਪਣੇ ਉਹ 'ਤੇ ਪਈਏ ਜੀ ਦੇਖ ਸਕਦੇ ਹੋ ਤੁਸੀਂ ਜਿਵੇਂ ਵੀ ਕਣਕ ਉੱਪਰ ਬੀਜਦੇ ਕਣਕ ਬੀਜ ਕੇ ਗੰਨਾ ਉੱਪਰ ਬੀਜਦੇ ਸੀ ਕਣਕ ਦੇ ਆਹ
ਕਿਹੜਾ